ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਸੁਮਨ ਜੇਟਲੀ ਕੁਝ ਵੱਡੇ ਤੇ ਤਾਜ਼ਾ ਅਪਡੇਟ ਸਾਂਝਾ ਕਰਨ ਦੇ ਲਈ ਲਾਈਵ ਹੋਇਆ ਸਭ ਤੋਂ ਪਹਿਲਾਂ ਸ਼ੁਰੂਆਤ ਕਰੋਨਾ ਦੇ ਕਾਰਨ ਵੱਧ ਰਹੀ ਗਿਣਤੀ ਤੇ ਇਸ ਵੇਲੇ ਨਾਜ਼ੁਕ ਸਥਿਤੀ ਬਣੀ ਹੋਈ ਹੈ ਲੁਧਿਆਣਾ ਸ਼ਹਿਰ ਦੀ ਅੱਜ ਪੰਜਾਬ ਤੋਂ 665 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ ਸਭ ਤੋਂ ਵੱਧ ਗਿਣਤੀ ਅੱਜ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਈ ਹੈ 248 ਦੀ ਇਹ ਗਿਣਤੀ ਦੱਸੀ ਜਾ ਰਹੀ ਹੈ ਅੱਜ ਦੇ ਇਸ ਮੀਡੀਆ ਬੁਲੇਟਿਨ ਦੇ ਵਿੱਚ ਸਭ ਤੋਂ ਵੱਧ ਮਾਮਲੇ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਏ ਨੇ ਜਲੰਧਰ ਤੋਂ 24 ਨਵੇਂ ਮਾਮਲੇ ਸਾਹਮਣੇ ਆਏ ਅੰਮ੍ਰਿਤਸਰ ਤੋਂ 71 ਪਟਿਆਲਾ ਤੋਂ 136 ਵੱਡਾ ਅੰਕੜਾ ਪਟਿਆਲਾ ਤੋਂ ਵੀ ਸਾਹਮਣੇ ਆਇਆ ਹੈ ਸੰਗਰੂਰ ਤੋਂ 25 SAS ਨਗਰ ਤੋਂ 24 ਹੁਸ਼ਿਆਰਪੁਰ ਤੋਂ 11 ਗੁਰਦਾਸਪੁਰ ਤੋਂ 1 ਫਿਰੋਜ਼ਪੁਰ ਤੋਂ 3 ਪਠਾਨਕੋਟ ਤੋਂ 43 ਤਰਨ ਤਾਰਨ ਤੋਂ 6 ਬਠਿੰਡਾ ਤੋਂ 5 ਨਵੇਂ ਮਾਮਲੇ ਸਾਹਮਣੇ ਆਏ ਨੇ ਪਰ ਬਠਿੰਡਾ ਦੇ ਨਥਾਣਾ ਪਿੰਡ ਦੇ ਵਿੱਚ 15 ਦਿਨ ਦੇ ਲਈ ਲੋਕਡਾਊਨ ਕੰਪਲੀਟ ਲੋਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਸਥਿਤੀ ਦਾ ਜਾਇਜ਼ਾ ਲਿਆ ਗਿਆ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਉਸ ਤੋਂ ਬਾਅਦ ਇਹ ਫੈਸਲਾ ਵੱਡਾ ਫੈਸਲਾ ਲਿਆ ਗਿਆ ਕਿ ਕੰਪਲੀਟ ਲੋਕਡਾਊਨ ਰਹੇਗਾ ਬਠਿੰਡਾ ਦੇ ਨਥਾਣਾ ਦੇ ਵਿੱਚ ਫਤਿਹਗੜ੍ਹ ਸਾਹਿਬ ਤੋਂ 15 ਨਵੇਂ ਮਾਮਲੇ ਸਾਹਮਣੇ ਆਏ ਮੋਗਾ ਦੇ ਵਿੱਚ 1 SBS ਨਗਰ 9 ਕਪੂਰਥਲਾ ਤੋਂ 2 ਨਵੇਂ ਮਾਮਲੇ ਰੋਪੜ ਤੋਂ 8 1 ਮੁਕਤਸਰ 32 ਨਵੇਂ ਮਾਮਲੇ ਬਰਨਾਲਾ ਤੋਂ ਸਾਹਮਣੇ ਆਏ ਨੇ ਤੁਹਾਨੂੰ ਦੱਸ ਦਈਏ ਕਿ ਮੌਤਾਂ 16 ਹੋਈਆਂ ਨੇ ਪਿਛਲੇ 24 ਘੰਟਿਆਂ ਦੇ ਦੌਰਾਨ 16 ਮੌਤਾਂ ਪੰਜਾਬ ਦੇ ਵਿੱਚ ਹੋ ਚੁੱਕੀਆਂ ਨੇ 3 ਮੌਤਾਂ ਅੰਮ੍ਰਿਤਸਰ 2 ਬਰਨਾਲਾ 1 ਜਲੰਧਰ ਸਭ ਤੋਂ ਵੱਧ ਮੌਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਪਾਸੇ ਜਿੱਥੇ ਸਭ ਤੋਂ ਵੱਧ ਅੰਕੜਾ ਵੀ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਇਆ ਹੈ ਪੋਜ਼ਿਟਿਵ ਕੇਸਿਸ ਦਾ ਉੱਥੇ ਹੀ ਸਭ ਤੋਂ ਵੱਧ ਅੰਕੜਾ ਮੌਤਾਂ ਦਾ ਵੀ ਲੁਧਿਆਣਾ ਸ਼ਹਿਰ ਤੋਂ ਹੀ ਸਾਹਮਣੇ ਆਇਆ ਹੈ 6 ਮੌਤਾਂ ਲੁਧਿਆਣਾ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਹੋ ਚੁੱਕੀਆਂ ਨੇ 2 ਨਵੇਂ ਮਾਮਲੇ ਪਟਿਆਲਾ ਤੇ 1 ਕਪੂਰਥਲੇ ਦੇ ਵਿੱਚ ਇੱਕ ਮੌਤ ਹੋਈ ਹੈ 2 ਮੌਤਾਂ ਪਟਿਆਲਾ 1 ਕਪੂਰਥਲਾ ਯਾਨੀ ਕਿ 16 ਦੀ ਗਿਣਤੀ ਟੋਟਲ ਦੀ ਦੱਸੀ ਜਾ ਰਹੀ ਹੈ 225 ਰਿਕਵਰੀਜ਼ ਪਿਛਲੇ 24 ਘੰਟਿਆਂ ਦੇ ਦੌਰਾਨ ਪਰ ਲੁਧਿਆਣਾ ਸ਼ਹਿਰ ਦੇ ਹਾਲਾਤ ਇਸ ਵੇਲੇ ਨਾਜ਼ੁਕ ਬਣੇ ਹੋਏ ਨੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਬੈਡਸ ਨੂੰ ਮਿਲਾ ਕੇ ਜੇਕਰ ਗਿਣਤੀ ਕੀਤੀ ਜਾਏ ਤਾਂ ਇੰਨੀ ਗਿਣਤੀ ਨਹੀਂ ਹੈ ਹਸਪਤਾਲਾਂ ਦੇ ਵਿੱਚ ਇੰਨੇ ਪ੍ਰਬੰਧ ਨਹੀਂ ਹਨ ਜਿੰਨੇ ਕੇਸਿਸ ਸਾਹਮਣੇ ਆ ਰਹੇ ਨੇ ਤਾਂ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਲੁਧਿਆਣਾ ਸ਼ਹਿਰ ਤੋਂ ਅੰਦਾਜ਼ੀ ਕਿ 761 ਬੈਡਸ ਅਵੇਲੇਬਲ ਨੇ ਲੁਧਿਆਣਾ ਸ਼ਹਿਰ ਦੇ ਵਿੱਚ 761 ਬੈਡਸ ਜਿਸ ਦੇ ਵਿੱਚ 450 ਬੈਡ ਸਰਕਾਰੀ ਅਤੇ ਬਾਕੀ ਦੇ ਜਿਹੜੇ ਬੈਡਸ ਨੇ ਯਾਨੀ ਕਿ 311 ਬੈਡ ਪ੍ਰਾਈਵੇਟ ਹਸਪਤਾਲਾਂ ਦੇ ਦੱਸੇ ਜਾ ਰਹੇ ਨੇ ਪਰ ਜਿਸ ਤਰ੍ਹਾਂ ਇਹ ਅੰਕੜੇ ਲਗਾਤਾਰ ਵੱਧ ਰਹੇ ਨੇ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆ ਰਹੇ ਨੇ ਆਮ ਵਿਅਕਤੀ ਜਿਹੜਾ ਕਰੋਨਾ ਵਾਇਰਸ ਪੋਜ਼ਿਟਿਵ ਪਾਇਆ ਜਾ ਰਿਹਾ ਉਸਨੂੰ ਪ੍ਰਾਈਵੇਟ ਹਸਪਤਾਲ ਜਾਂ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਥਾਂ ਵੀ ਨਹੀਂ ਮਿਲ ਰਹੀ ਸਿਰਫ 761 ਬੈਡਸ ਨੇ ਯਾਨੀ ਕਿ ਸਿਰਫ 761 ਮਰੀਜ਼ ਹੀ ਇੱਕ ਸਮੇਂ ਤੇ ਇਲਾਜ ਜਿਹੜੇ ਨੇ ਉਹ ਸਰਕਾਰੀ ਜਾਂ ਫਿਰ ਪ੍ਰਾਈਵੇਟ ਹਸਪਤਾਲ ਤੋਂ ਲੈ ਸਕਦੇ ਨੇ ਬਾਵਜੂਦ ਇਸ ਦੇ ਜਿਹੜੀ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇੱਕ ਪੁੱਤਰ ਜਿਹੜਾ ਆਪਣੇ ਪਿਤਾ ਦੀ ਮੌਤ ਦਾ ਪੂਰੇ ਹਾਲਾਤ ਸਾਰੇ ਹਾਲਾਤ ਜਿਹੜਾ ਦ੍ਰਿਸ਼ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਕਿ ਕਿਸ ਤਰ੍ਹਾਂ ਸਾਹ ਲੈਣ ਦੇ ਵਿੱਚ ਦਿੱਕਤ ਹੁੰਦੀ ਉਸਦੇ ਪਿਤਾ ਨੂੰ ਬਾਵਜੂਦ ਇਸਦੇ ਕਿਸੇ ਵੀ ਹਸਪਤਾਲ ਵੱਲੋਂ ਉਹਨਾਂ ਨੂੰ ਦਾਖਲ ਨਹੀਂ ਕੀਤਾ ਜਾਂਦਾ ਤੇ ਐਂਬੂਲੈਂਸ ਦੇ ਵਿੱਚ ਹੀ ਉਸਦੇ ਪਿਤਾ ਵੱਲੋਂ ਦਮ ਤੋੜ ਦਿੱਤਾ ਜਾਂਦਾ ਇਹ ਨਾਲਾਇਕੀ ਵੀ ਹੈ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਪਰ ਆਉਣ ਵਾਲਾ ਸਮਾਂ ਹੋਰ ਕਿਸ ਤਰ੍ਹਾਂ ਦਾ ਕੀ ਹੋਰ ਕ੍ਰਿਟੀਕਲ ਹੋਵੇਗਾ ਜਿਸ ਤਰ੍ਹਾਂ ਦਿਨ ਅੱਗੇ ਵੱਧ ਰਹੇ ਨੇ ਉਸ ਤਰ੍ਹਾਂ ਗਿਣਤੀ ਹੋਰ ਜ਼ਿਆਦਾ ਵੱਧਦੀ ਜਾ ਰਹੀ ਹੈ ਤਾਂ ਲੁਧਿਆਣਾ ਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਰਹਿਣਗੇ ਇਸ ਵੇਲੇ ਵੱਡਾ ਸਵਾਲ ਬਣਿਆ ਹੋਇਆ ਲੁਧਿਆਣਾ ਤੋਂ ਕਿਉਂਕਿ ਅੱਜ ਸਭ ਤੋਂ ਵੱਡੀ ਗਿਣਤੀ ਲੁਧਿਆਣਾ ਤੋਂ ਸਾਹਮਣੇ ਆਈ ਹੈ ਤਾਂ ਮੇਰੇ ਸਹਿਯੋਗੀ ਤਰਸੇਮ ਭਾਰਦਵਾਜ ਜਿਹੜੇ ਕਿ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹੋਏ ਨੇ ਉਹਨਾਂ ਤੋਂ ਕੁਝ ਹੋਰ ਤੱਥ ਜਾਣਨ ਦੀ ਕੋਸ਼ਿਸ਼ ਕਰਾਂਗੇ ਤਰਸੇਮ ਲੁਧਿਆਣਾ ਦੇ ਵਿੱਚ ਇੰਨੀ ਘੱਟ ਗਿਣਤੀ ਦੇ ਵਿੱਚ ਬੈਡਸ ਮੌਜੂਦ ਨੇ ਇਲਾਜ ਲੋਕਾਂ ਨੂੰ ਮਿਲ ਨਹੀਂ ਰਿਹਾ ਅਤੇ ਤੇਜ਼ੀ ਦੇ ਨਾਲ ਇਹ ਅੰਕੜੇ ਵੱਧ ਰਹੇ ਨੇ ਬਿਲਕੁਲ ਸੁਮਨ ਜਿਸ ਤਰ੍ਹਾਂ ਨਾਲ ਅੱਜ ਬਹੁਤ ਪੇਸ਼ੈਂਟ ਸਾਹਮਣੇ ਆਏ ਨੇ ਜੇਕਰ ਗੱਲ ਕਰੀਏ ਲੁਧਿਆਣਾ ਇੱਕ ਵੱਡਾ ਜ਼ਿਲ੍ਹਾ ਹੈਗਾ ਲੁਧਿਆਣਾ ਦੇ ਵਿੱਚ ਜਗਰਾਉਂ ਖੰਨਾ ਪਾਇਲ ਇਸ ਤੋਂ ਇਲਾਵਾ ਹੋਰ ਵੀ ਜਿੰਨੀਆਂ ਨਾਲ ਜ਼ਿਲ੍ਹੇ ਲੱਗਦੇ ਨੇ ਉਹਨਾਂ ਤੋਂ ਵੀ ਪੇਸ਼ੈਂਟ ਆਉਂਦੇ ਨੇ ਟੋਟਲ ਲੁਧਿਆਣਾ ਅੱਜ ਜਿਹੜਾ ਹੁਣ ਤੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀਗਾ ਹੈਲਥ ਡਿਪਾਰਟਮੈਂਟ ਵੱਲੋਂ ਉਹਦੇ ਹਿਸਾਬ ਨਾਲ ਜਿਹੜਾ 218 ਸੀਗੇ ਬਣਨ ਤੋਂ ਬਾਅਦ 26 ਨਾਲ ਜਿਹੜਾ ਤਹਿਸੀਲ ਪੈਂਦੀ ਹੈ ਕੁਝ ਮਾਮਲੇ ਟੋਟਲ 248 ਦਾ ਅੰਕੜਾ ਜਿਹੜਾ ਸਾਹਮਣੇ ਆਇਆ ਹੈਗਾ ਅੱਜ ਦਾ ਤੇ 6 ਮੌਤਾਂ ਜਿਹੜੀਆਂ ਸਾਹਮਣੇ ਆਈਆਂ ਨੇ 6 ਮੌਤਾਂ ਤੇ 248 ਦਾ ਅੰਕੜਾ ਬਹੁਤ ਵੱਡਾ ਅੰਕੜਾ ਹੈਗਾ ਲੇਕਿਨ ਸੁਮਨ ਇੱਥੇ ਇਹ ਗੱਲ ਪਹਿਲਾਂ ਤਾਂ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਜਿਸ ਤਰ੍ਹਾਂ ਨਾਲ ਟੈਸਟਿੰਗ ਬਹੁਤ ਵੱਧ ਚੁੱਕੀ ਹੈ ਲੁਧਿਆਣਾ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਸਿਵਲ ਹਸਪਿਟਲ ਤੇ ਸੀਐਮਸੀ ਤੇ ਡੀਐਮਸੀ ਦੇ ਵਿੱਚ ਟੈਸਟ ਲੇਕਿਨ ਨਹੀਂ ਹੁਣ ਜਿਹੜੇ ਟੈਸਟ ਨੇ 5 ਸੈਂਟਰ ਹੋਰ ਬਣਾ ਦਿੱਤੇ ਗਏ ਨੇ ਲੁਧਿਆਣਾ ਦੇ ਵਿੱਚ 5 ਸੈਂਟਰ ਸਰਕਾਰੀਆਂ ਦੇ ਤਰਸੇਮ ਤੁਹਾਡੀ ਆਵਾਜ਼ ਅਸੀਂ ਨਹੀਂ ਸੁਣ ਪਾ ਰਹੇ
ਲੁਧਿਆਣਾ ਸ਼ਹਿਰ ਇਸ ਵੇਲੇ ਨਾਜ਼ੁਕ ਹਾਲਾਤਾਂ ਚੋਂ ਗੁਜ਼ਰ ਰਿਹਾ ਹੈ। 761 ਬੈਡਸ ਤੇ 1149 ਮਰੀਜ਼ ਨੇ ਇਸ ਵੇਲੇ ਲੁਧਿਆਣਾ ਸ਼ਹਿਰ ਦੇ ਵਿੱਚ। ਜੀ ਤਰਸੇਮ ਬਿਲਕੁਲ ਸੁਮਨ, ਮੈਂ ਦੱਸਾਂ ਜਵਾਂ, ਲੁਧਿਆਣਾ ਇੱਕ ਵੱਡਾ ਡਿਸਟ੍ਰਿਕਟ ਹੈਗਾ। ਇਸ ਦੇ ਵਿੱਚ ਜਿਵੇਂ 5 ਜਿਹੜੇ ਟੈਸਟ ਸੈਂਟਰ ਬਣਾ ਦਿੱਤੇ ਗਏ ਨੇ, ਲਗਾਤਾਰ ਟੈਸਟਿੰਗ ਬਹੁਤ ਵੱਧ ਚੁੱਕੀ ਆ। ਟੈਸਟਿੰਗ ਵਧਣ ਦੇ ਨਾਲ ਮਾਮਲੇ ਲਗਾਤਾਰ ਲੁਧਿਆਣਾ ਦੇ ਵਿੱਚ ਸਾਹਮਣੇ ਆ ਰਹੇ ਨੇ। ਜਿਸ ਤਰ੍ਹਾਂ ਨਾਲ ਅੱਜ 248 ਮਾਮਲੇ ਲੁਧਿਆਣਾ ਦੇ ਵਿੱਚ ਸਾਹਮਣੇ ਆਏ ਨੇ, 6 ਮੌਤਾਂ ਵੀ ਨੇ। ਸਭ ਤੋਂ ਵੱਡੀ ਗੱਲ ਆ, ਮੌਤਾਂ ਦੀ ਸੰਖਿਆ ਬਹੁਤ ਵੱਧਦੀ ਜਾ ਰਹੀ ਹੈ। ਜਿਵੇਂ ਕੱਲ ਜਿਹੜਾ ਸਾਹਮਣੇ ਆਇਆ ਸੀ, ਉਦੋਂ ਵੀ 7 ਮੌਤਾਂ ਸਾਹਮਣੇ ਆਈਆਂ ਸੀ, ਅੱਜ ਵੀ 6 ਮੌਤਾਂ ਸਾਹਮਣੇ ਆਈਆਂ ਨੇ। ਕਾਰਨ ਸਭ ਤੋਂ ਵੱਡਾ, ਇੱਕ ਵੱਡਾ ਸ਼ਹਿਰ ਆ, ਇਸ ਸ਼ਹਿਰ ਦੇ ਵਿੱਚ ਬਾਹਰੋਂ ਵੀ ਬਹੁਤ ਲੋਕ ਆਉਂਦੇ ਨੇ, ਟਰੈਵਲਿੰਗ ਕਰਕੇ ਵੀ ਬਹੁਤ ਲੋਕ ਆਉਂਦੇ ਨੇ, ਤੇ ਲੇਕਿਨ ਭੀੜ ਭਾੜ ਵਾਲੇ ਬਾਜ਼ਾਰ ਨੇ। ਜਿਸ ਤਰ੍ਹਾਂ ਨਾਲ ਰੱਖੜੀ ਦਾ ਤਿਉਹਾਰ ਆ ਗਿਆ ਹੈਗਾ, ਬਾਜ਼ਾਰਾਂ 'ਚ ਬਹੁਤ ਭੀੜ ਆ, ਬਾਜ਼ਾਰਾਂ ਦੇ ਵਿੱਚ ਲੋਕਾਂ ਸੋਸ਼ਲ ਡਿਸਟੈਂਸਿੰਗ ਦਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ। ਅਜਿਹੇ ਹਾਲਾਤਾਂ ਦੇ ਵਿੱਚ ਰੱਖੜੀ ਦੇ ਤਿਉਹਾਰ ਨੂੰ ਦੇਖਦੇ ਹੋਏ ਜਿਹੜਾ ਵੀਕਐਂਡ ਲੋਕਡਾਊਨ ਸੀ ਉਹ ਵੀ ਖਤਮ ਕਰ ਦਿੱਤਾ ਗਿਆ, ਐਤਵਾਰ ਨੂੰ ਵੀ ਉਸੇ ਤਰ੍ਹਾਂ ਬਾਜ਼ਾਰਾਂ ਦੇ ਵਿੱਚ ਭੀੜ ਦੇਖਣ ਨੂੰ ਮਿਲੇਗੀ, ਤਿਉਹਾਰਾਂ ਦੇ ਵਿੱਚ ਇਹ ਭੀੜ ਹੋਰ ਦੁੱਗਣੀ ਹੋ ਜਾਂਦੀ ਹੈ। ਸੁਮਨ, ਇੱਕ ਤੁਸੀਂ ਜਿਹੜਾ ਇਹ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈਲਥ ਡਿਪਾਰਟਮੈਂਟ ਵੱਲੋਂ, ਇਹਦੇ ਵਿੱਚ ਸਭ ਤੋਂ ਵੱਡੀ ਗੱਲ ਦੇਖਿਆ ਜਾਣੀ ਹੈਗੀ ਆ, 86 ਲੋਕ ਉਹ ਨੇ ਜਿਹੜੇ ਕੰਟੈਕਟ ਪਰਸਨ ਨੇ, ਕਿਸੇ ਦੇ ਕੰਟੈਕਟ ਦੇ ਵਿੱਚ ਆਏ ਨੇ ਤੇ ਕਿਸੇ ਨੂੰ ਕੋਰੋਨਾ ਪੋਜ਼ਿਟਿਵ ਹੋਇਆ ਉਹਨਾਂ ਦੇ ਕੰਟੈਕਟ 'ਚ ਆਉਣੇ ਨੇ। ਉਸ ਤੋਂ ਇਲਾਵਾ ਜਿਹੜੇ ਨਵੇਂ ਕੇਸ ਨੇ, ਜਿਸ ਤਰ੍ਹਾਂ ਨਾਲ ਕੋਈ ਬਾਜ਼ਾਰ 'ਚ ਜਾਂਦਾ ਕਿ ਕੋਈ ਸਿੰਪਟੋਮੈਟਿਕ ਜਿਹੜੇ ਪੇਸ਼ੈਂਟ ਨੇ, ਜਿਹੜੇ ਕੈਰੀਅਰ ਨੇ, ਉਹਨੂੰ ਮਿਲਦੇ ਨੇ ਬਾਜ਼ਾਰ 'ਚ ਜਾ ਕੇ, ਘਰੇ ਹੱਥ ਨਹੀਂ ਸਾਫ਼ ਕਰਦੇ, ਮਾਸਕ ਨਹੀਂ ਲਗਾਉਂਦੇ ਹੈਗੇ, ਸੋਸ਼ਲ ਡਿਸਟੈਂਸਿੰਗ ਨਹੀਂ ਵਰਤਦੇ, ਉਹ ਕੇਸ ਸਾਹਮਣੇ ਆ ਰਹੇ ਨੇ। ਤੇ ਇਸ ਕਰਕੇ ਸਾਨੂੰ ਫਜ਼ੂਲ ਦਾ ਬਾਜ਼ਾਰਾਂ 'ਚ ਜਾਣਾ ਛੱਡਣਾ ਪੈਣਾ, ਚਾਹੇ ਰੱਖੜੀ ਦਾ ਤਿਆਰ ਆ, ਜਿਸ ਤਰ੍ਹਾਂ ਨਾਲ ਹੁਣ ਭੀੜ ਆ ਬਾਜ਼ਾਰਾਂ ਦੇ ਵਿੱਚ, ਦੁਕਾਨਾਂ ਦੇ ਵਿੱਚ 5 ਤੋਂ ਵੱਧ ਜਿਹੜੇ ਲੋਕ ਖੜੇ ਨੇ। ਸਰਕਾਰ ਵੱਲੋਂ ਐਤਵਾਰ ਨੂੰ ਵੀ ਖੋਲ ਦਿੱਤਾ ਗਿਆ, ਲੇਕਿਨ ਪਰ ਜੇ ਸਰਕਾਰ ਵੱਲੋਂ ਇੱਕ ਸਖਤੀ ਆਰਡਰ ਵੀ ਕੀਤੇ ਗਏ ਨੇ, ਜੇਕਰ ਦੁਕਾਨਦਾਰ ਕੋਰੋਨਾ ਦੀ ਉਲੰਘਣਾ ਕਰਦਾ, ਮਾਸਕ ਨਹੀਂ ਪਾਉਂਦੇ ਹੈਗੇ ਜਾਂ ਸੋਸ਼ਲ ਡਿਸਟੈਂਸਿੰਗ ਉਲੰਘਣਾ ਕਰਦਾ, ਤਾਂ ਜਿਸ ਤਰ੍ਹਾਂ ਨਾਲ ਉਹਦੀ ਤਿਉਹਾਰ ਉਲੰਘਣਾ ਕਰਨ ਵਾਲੇ ਦੀ ਦੁਕਾਨ 3 ਦਿਨ ਲਈ ਬੰਦ ਕਰਨ ਦਾ ਜਿਹੜਾ ਰੱਖਿਆ ਗਿਆ, ਉਸ ਤੋਂ ਬਾਅਦ ਨੂੰ ਉੱਤੇ FIR ਵੀ ਹੋ ਸਕਦੀ ਆ। ਇਹ ਸਾਰੀਆਂ ਗੱਲਾਂ ਨੂੰ ਜੇਕਰ ਸਖਤੀ ਨਾਲ ਗਰਾਊਂਡ ਲੈਵਲ ਤੇ ਲਾਗੂ ਕੀਤਾ ਜਾਵੇ, ਸਿਰਫ ਇਹ ਉੱਥੇ ਲਾਗੂ ਕੀਤਾ, ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਨੇ, ਉੱਥੇ ਨਾ ਲਾਗੂ ਕੀਤਾ ਜਾਵੇ। ਜਿਵੇਂ ਸੜਕਾਂ ਦੇ ਵਿੱਚ ਕਿਨਾਰਿਆਂ ਤੇ ਖੜ ਕੇ ਆਉਣ ਜਾਣ ਵਾਲੇ ਨੂੰ ਰੋਕਿਆ ਜਾਂਦਾ, ਉਹਨਾਂ ਦੇ ਚਲਾਨ ਕੱਟੇ ਜਾਂਦੇ, ਉਹ ਖਾਸ ਗੱਲ ਜੇ ਬਾਜ਼ਾਰਾਂ ਦੇ ਵਿੱਚ ਸਖਤੀ ਹੋਵੇ ਤਾਂ ਹੋ ਸਕਦਾ ਅਸੀਂ ਜਿਹੜਾ ਕੋਰੋਨਾ ਤੋਂ ਬਚਾਅ ਕਰ ਸਕਦੇ ਹਾਂ। ਜਿੱਥੇ ਭੀੜ ਆ, ਬਾਜ਼ਾਰ, ਘੰਟਾ ਘਰ, ਜਵਾਹਰ ਕੈਂਪ, ਮਾਡਲ ਟਾਊਨ, ਜਿੱਥੇ ਇੰਨੀ ਜ਼ਿਆਦਾ ਭੀੜ ਆ ਕਿ ਲੋਕਾਂ ਨੂੰ ਲੰਘਣਾ ਵੀ ਔਖਾ ਹੁੰਦਾ, ਇਹਨਾਂ ਬਾਜ਼ਾਰਾਂ 'ਚ ਸਖਤੀ ਕਰਨੀ ਚਾਹੀਦੀ ਆ। ਲੇਕਿਨ ਪਰ ਇਹਨਾਂ ਬਾਜ਼ਾਰਾਂ 'ਚ ਸਾਨੂੰ ਸਖਤੀ ਨਹੀਂ ਦਿੱਤੀ, ਇਹਨਾਂ ਬਾਜ਼ਾਰਾਂ 'ਚ ਭੀੜ ਹੈਗੀ ਆ। ਪਰ ਇਸ ਤਰੀਕੇ ਦੇ ਨਾਲ ਜੇ ਇੱਥੇ ਇੰਨੀ ਲੀਨੀਐਂਟ ਹੋ ਜਾਏਗੀ ਸਰਕਾਰ ਤੇ ਅੰਕੜਾ ਤਾਂ ਹੋਰ ਵੱਧ ਜਾਏਗਾ। ਲੁਧਿਆਣਾ 'ਚ ਬੈਡਸ ਤਾਂ ਪਹਿਲਾਂ ਹੀ ਨਹੀਂ ਹੈਗੇ, ਆਈਸੋਲੇਸ਼ਨ ਸੈਂਟਰਸ ਦਾ ਪਹਿਲਾਂ ਹੀ ਇੰਨਾ ਮਾੜਾ ਹਾਲ ਹੈ, ਇੰਨੀ ਖਸਤਾ ਹਾਲਾਤ ਨੇ, ਪੇਸ਼ੈਂਟਸ ਨੂੰ ਹਸਪਤਾਲ ਅੰਦਰ ਨਹੀਂ ਵੜਨ ਦੇ ਰਹੇ। ਈਵਨ ਕਿ ਜਿਹੜਾ ਕੋਰੋਨਾ ਵਾਇਰਸ ਪੋਜ਼ਿਟਿਵ ਪੇਸ਼ੈਂਟ ਵੀ ਹੁੰਦਾ, ਜੇਕਰ ਉਹ ਸਾਹ ਲੈਣ 'ਚ ਵੀ ਉਹਨੂੰ ਦਿੱਕਤ ਆ ਰਹੀ ਹੈ ਜਾਂ ਉਸਦੀ ਹਾਲਤ ਕ੍ਰਿਟੀਕਲ ਹੈ, ਤਾਂ ਵੀ ਉਹਨੂੰ ਐਡਮਿਟ ਨਹੀਂ ਕੀਤਾ ਜਾਂਦਾ, ਤੇ ਇਸ ਤਰ੍ਹਾਂ ਲੀਨੀਐਂਸੀ ਦੇ ਨਾਲ ਤਾਂ ਅਸੀਂ ਹੋਰ ਮਰੀਜ਼ਾਂ ਨੂੰ ਇਨਵਾਈਟ ਕਰ ਰਹੇ ਹਾਂ। ਸਭ ਤੋਂ ਵੱਡੀ ਗੱਲ ਦੇਖੋ, ਬੈਡਾਂ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਬੈਡਾਂ ਦੇ ਵਿੱਚ ਜਿਸ ਤਰ੍ਹਾਂ ਨਾਲ ਜਿੰਨੇ ਹੋਸਪਿਟਲ ਨੇ, ਅਸੀਂ ਸਾਡਾ ਇਹ ਨਹੀਂ ਹੋਊਗਾ ਵੀ ਹੋਸਪਿਟਲਾਂ ਦੇ ਕੋਈ ਗੱਲ ਚਿੱਟੀ ਜਾਵੇ। ਜੀ ਤਸੀਮ, ਤੁਹਾਡੀ ਆਵਾਜ਼ ਅਸੀਂ ਨਹੀਂ ਸੁਣ ਪਾ ਰਹੇ, ਪਰ ਬਹੁਤ ਧੰਨਵਾਦ, ਤੁਸੀਂ ਜਿੰਨੀ ਵੀ ਜਾਣਕਾਰੀ ਸਾਂਝੀ ਕੀਤੀ ਹੈ ਲੁਧਿਆਣਾ ਤੋਂ। ਮੇਰੇ ਸਹਿਯੋਗੀ ਤਰਸੇਮ ਭਾਰਦਵਾਜ ਨੇ ਦੱਸਿਆ ਕਿ ਕਿਸ ਤਰ੍ਹਾਂ ਲੁਧਿਆਣਾ ਦੇ ਵਿੱਚ ਜਿਹੜੇ ਬਾਜ਼ਾਰਾਂ ਦੇ ਵਿੱਚ ਸਭ ਤੋਂ ਵੱਧ ਰਸ਼ ਹੁੰਦਾ ਹੈ, ਉੱਥੋਂ ਕੇਸਿਸ ਸਾਹਮਣੇ ਆ ਰਹੇ ਨੇ, ਜਿਹੜੇ ਅਸਿਮਟੋਮੈਟਿਕ ਪੇਸ਼ੈਂਟਸ ਨੇ ਹੋਰ ਲੋਕਾਂ ਦੇ ਕੰਟੈਕਟ ਦੇ ਵਿੱਚ ਆਉਂਦੇ ਨੇ, ਬਾਜ਼ਾਰਾਂ ਦੇ ਵਿੱਚ ਬੇਫਜ਼ੂਲ ਲੋਕ ਜਿਹੜੇ ਇੱਕ ਦੂਸਰੇ ਦੇ ਨਾਲ ਮੇਲ ਮਿਲਾਪ ਕਰ ਰਹੇ ਨੇ। ਇੱਕ ਦੁਕਾਨ ਦੇ ਵਿੱਚ ਸਿਰਫ 5 ਗ੍ਰਾਹਕ ਜਿਹੜੇ ਨੇ ਮੌਜੂਦ ਹੋਣੇ ਚਾਹੀਦੇ ਨੇ, ਜੇ ਜ਼ਿਆਦਾ ਹੋਣਗੇ ਤਾਂ ਉਸ ਦੁਕਾਨਦਾਰ ਦੇ ਖਿਲਾਫ਼ FIR ਦਰਜ ਕੀਤੀ ਜਾਏਗੀ। 3 ਦਿਨ ਦੇ ਲਈ ਦੁਕਾਨ ਵੀ ਜਿਹੜੀ ਹੈ ਉਹ ਬੰਦ ਕਰ ਦਿੱਤੀ ਜਾਏਗੀ, ਪਰ ਇਸ ਦੇ ਬਾਵਜੂਦ ਤਜੀਆਂ ਸਾਫ਼ ਤੌਰ 'ਤੇ ਉਡਾਉਂਦੇ ਦਿਖਦੇ ਨੇ, ਦੁਕਾਨਦਾਰ ਵੀ, ਬਾਜ਼ਾਰਾਂ ਦੇ ਵਿੱਚ ਆਮ ਲੋਕ ਵੀ। ਕੋਰੋਨਾ ਵੱਲੋਂ ਛੂਟ ਨਹੀਂ ਮਿਲੀ ਹੈ, ਛੂਟ ਪ੍ਰਸ਼ਾਸਨ ਵੱਲੋਂ ਮਿਲੀ ਹੈ, ਅਤੇ ਉੱਪਰੋਂ ਰੱਖੜੀ ਦੇ ਤਿਉਹਾਰ ਨੂੰ ਦੇਖਦੇ ਹੋਏ ਵੀ ਜਿਹੜਾ ਐਤਵਾਰ ਦਾ ਦਿਨ ਜਿਹੜਾ ਲੋਕਡਾਊਨ ਹੁੰਦਾ ਹੈ ਉਹ ਲੋਕਡਾਊਨ ਖਤਮ ਕਰ ਦਿੱਤਾ, ਸਿਰਫ ਇਸੇ ਹਫ਼ਤੇ ਦੇ ਲਈ, ਸਿਰਫ ਇਸੇ ਐਤਵਾਰ ਦੇ ਲਈ ਇਹ ਲੋਕਡਾਊਨ ਖਤਮ ਕਰ ਦਿੱਤਾ ਗਿਆ। ਹੁਣ ਐਤਵਾਰ ਨੂੰ ਵੀ ਤਿਉਹਾਰ ਦੇ ਮੌਕੇ 'ਤੇ ਉਹ ਰਸ਼ ਦੇਖਣ ਨੂੰ ਮਿਲੇਗਾ, ਪਰ ਇਸ ਰਸ਼ ਦੇ ਦੌਰਾਨ ਹੋਰ ਕਿੰਨੇ ਲੋਕ ਇਸ ਮਹਾਂਮਾਰੀ ਨੂੰ ਨਿਉਤਾ ਦਿੰਦੇ ਨੇ, ਇਹ ਵੀ ਆਉਣ ਵਾਲਾ ਸਮਾਂ ਦੱਸੇਗਾ। ਪਰ ਲੁਧਿਆਣਾ ਇਸ ਵੇਲੇ ਨਾਜ਼ੁਕ ਹਾਲਾਤਾਂ ਤੋਂ ਗੁਜ਼ਰ ਰਿਹਾ। ਲੁਧਿਆਣਾ ਦੇ ਵਿੱਚ ਸਿਹਤ ਸਹੂਲਤਾਵਾਂ 'ਤੇ ਪਹਿਲਾਂ ਹੀ ਸਵਾਲ ਖੜ੍ਹੇ ਹੋ ਰਹੇ ਨੇ, ਸਾਡੇ ਕੋਲ ਇੰਨੀਆਂ ਹੈਲਥ ਫੈਸਿਲਿਟੀਜ਼ ਨਹੀਂ ਹਨ ਜਿੰਨੀਆਂ ਹੋਣੀਆਂ ਚਾਹੀਦੀਆਂ ਨੇ, ਅਤੇ ਅਜਿਹੇ ਦੇ ਵਿੱਚ ਲਾਪਰਵਾਹੀਆਂ ਵਰਤਣ ਦੇ ਨਾਲ ਅਸੀਂ ਜੋ ਆਪਣੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੇ ਹਾਂ ਉਸਦਾ ਸ਼ਾਇਦ ਸਾਨੂੰ ਹਲੇ ਅੰਦਾਜ਼ਾ ਨਹੀਂ ਹੈ। ਪਰ 16 ਲੋਕ ਪਿਛਲੇ 24 ਘੰਟਿਆਂ ਦੇ ਦੌਰਾਨ ਪੰਜਾਬ ਤੋਂ 16 ਮੌਤਾਂ ਦੀ ਖਬਰ ਸਾਹਮਣੇ ਆਉਣਾ,
कोई चंगी गल नहीं ना ही कोई चंगा संकेत है। 6 मौतां सिर्फ लुधियाना शहर दे विच ही हो चुकियां ने, तां लुधियाना वासी क्यों सुचेत नहीं हो रहे? असीं जानदे हां कि प्रशासन की नलायकी है, ये फैसले जिहड़े ले जा रहे ने शायद प्रशासन सोच समझ के ये फैसले नहीं लै रहा, पर लोग जिहड़े ने एक जिम्मेवार नागरिक होण दे नाते ये साडी रिस्पोंसिबिलिटी बनती है कि असी अपना बचाव आप किस तरह करना है। साढ़े नाल साडा परिवार जुड़िया होया है, साढ़े नाल साडा समाज जुड़िया होया है। 665 नवे मामले सिर्फ 24 घंटिया दे विच पंजाब तो सामने आना, ये पंजाब वासियां दे लई कोई चंगी खबर नहीं है। हले करोना का कहर खत्म नहीं होया, हले करोना का कहर इसे तरह जारी है, पर पंजाब तो माड़िया खबर होर भी बहुत आ रही ने। जहरीली शराब के नाल 30 लोगों की मौत हो गई है, कुछ भी चंगा सामने नहीं आ रहा पंजाब तो अजिहे दे विच। जेकर असी लापरवाही ना वरतीए, जेकर असी सुचेत हो जाइए तो शायद हालात सुधर सकते ने, पर हालात सुधर दे दिखाई नहीं दे रहे, जो एक वड्डी चिंता का विषय है। अनलॉक 3 की शुरुआत हुई है, अनलॉक 3 नू देखदे होए पंजाब सरकार वालों नवीं गाइडलाइनस जारी कीतियां गईयां ने, जिस विच तुहानू दस दईए कि इंटर स्टेट हुण असीं ट्रैवल कर सकते हैं, पर साडे कोल कोवा ऐप होनी जरूरी है, एक सेल्फ जनरेट फॉर्म जिहड़ा तुहाडे कोल होना जरूरी है। तो इस दे नाल ही जिम्स नू लैके एक वड्डा सवाल, क्योंकि बीते दिनी केंद्र सरकार वालों जिम्स अते जिहड़े योगा इंस्टीट्यूट्स ने उन्हां नू खोलण दी इजाजत दे दित्ती गई सी, पर सूबा सरकार ने हले विराम लगा दिता सी इस फैसले ते। अज एक बार फिर तो सामने आया है फैसला कि जिम्स जिहड़े ने 5 अगस्त तो जिम्स अते योगा इंस्टीट्यूट खोले जाणगे। जिहड़े स्विमिंग पूल्स ने या जिहड़ियां होर थावां ने जिस तरह ਵਿਆਹ ਦੇ ਸਮਾਗਮ ਨੇ, ਸਵਿਮਿੰਗ ਪੂਲਸ ਬੰਦ ਰਹਿਣਗੇ, ਜਿੱਥੇ ਖੇਡ ਈਵੈਂਟਸ ਹੁੰਦੇ ਨੇ ਉਹ ਬੰਦ ਰਹਿਣਗੇ। ਜਿਹੜੇ ਵਿਆਹ ਸਮਾਗਮ ਨੇ ਉੱਥੇ ਹਲੇ ਗਿਣਤੀ 30 ਦੀ ਹੀ ਸੀਮਤ ਕੀਤੀ ਗਈ ਹੈ। ਜਿਹੜੇ ਅੰਤਿਮ ਸੰਸਕਾਰ ਹੈ 20 ਤੋਂ ਵੱਧ ਲੋਕ ਉੱਥੇ ਨਹੀਂ ਸ਼ਾਮਲ ਹੋ ਸਕਦੇ। ਸਿਨੇਮਾ ਘਰ ਹਲੇ ਬੰਦ ਰਹਿਣਗੇ, ਜਿਹੜੇ ਅਮਿਊਜ਼ਮੈਂਟ ਪਾਰਕਸ ਹੁੰਦੇ ਨੇ ਜਾਂ ਜਿਹੜੇ ਥੀਏਟਰਸ ਨੇ ਬਾਰਸ ਨੇ ਉਹ ਬੰਦ ਰਹਿਣਗੇ। ਅਸੈਂਬਲੀ ਹਾਲ ਬੰਦ ਰਹਿਣਗੇ, ਕੋਈ ਵੀ ਅਜਿਹੀ ਥਾਂ ਜਿੱਥੇ ਭੀੜ ਇਕੱਠੀ ਹੋ ਸਕਦੀ ਹੈ ਉਹ ਤਮਾਮ ਥਾਵਾਂ ਬੰਦ ਰਹਿਣਗੀਆਂ। ਪੈਲੇਸਿਸ ਜ਼ਰੂਰ ਖੁੱਲ੍ਹੇ ਰਹਿਣਗੇ, ਪਰ 20 ਤੋਂ ਵੱਧ ਲੋਕ ਇਕੱਠ ਨਹੀਂ ਕਰ ਸਕਦੇ। ਵਿਆਹ ਸਮਾਗਮ ਹੋ ਸਕਦੇ ਨੇ, ਮਾਫ ਕਰਨਾ, 30 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ, ਤੇ 20 ਲੋਕ ਅੰਤਿਮ ਸੰਸਕਾਰ ਦੇ ਵਿੱਚ ਇਕੱਠੇ ਹੋ ਸਕਦੇ ਨੇ। ਜਿਹੜਾ ਨਾਈਟ ਕਰਫਿਊ ਹੈ ਉਹਦਾ ਸਮਾਂ ਹੁਣ ਰਾਤ 11 ਵਜੇ ਤੋਂ ਲੈ ਕੇ ਸਵੇਰ 5 ਵਜੇ ਦਾ ਕਰ ਦਿੱਤਾ ਗਿਆ, ਤੇ ਇਸ ਹਫਤੇ ਐਤਵਾਰ ਨੂੰ ਵੀ ਕਰਫਿਊ ਜਾਂ ਲੋਕਡਾਊਨ ਹਟਾ ਦਿੱਤਾ ਗਿਆ। ਐਤਵਾਰ, ਕਿਉਂਕਿ ਰੱਖੜੀ ਦਾ ਤਿਉਹਾਰ ਹੈ ਤਾਂ ਐਤਵਾਰ ਨੂੰ ਬਾਜ਼ਾਰ ਖੁੱਲ੍ਹੇ ਰਹਿਣਗੇ, ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ, ਸ਼ਰਾਬ ਦੇ ਠੇਕੇ ਬਿਲਕੁਲ ਖੁੱਲ੍ਹੇ ਰਹਿਣਗੇ। ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, ਇੱਕ ਵੱਡਾ ਸਮਾਂ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਪੰਜਾਬ ਸਰਕਾਰ ਦੇ ਵੱਲੋਂ। ਹਾਲਾਂਕਿ ਇਹ ਤਾਂ ਅਸੀਂ ਪਹਿਲੇ ਦਿਨ ਤੋਂ ਹੀ ਆਵਾਜ਼ ਚੁੱਕ ਰਹੇ ਹਾਂ ਕਿ ਪੰਜਾਬ ਸਰਕਾਰ ਨੇ ਪੰਜਾਬ ਤੋਂ ਨਸ਼ਾ ਖਤਮ ਕਰਨ ਦੀ ਸਹੁੰ ਚੁੱਕੀ ਸੀ, ਪਰ ਬਾਵਜੂਦ ਇਸਦੇ ਸ਼ਰਾਬ ਦੇ ਠੇਕੇ ਸਭ ਤੋਂ ਪਹਿਲਾਂ ਖੋਲ੍ਹੇ ਗਏ ਅਤੇ ਸਭ ਤੋਂ ਵੱਧ ਸਮੇਂ ਦੇ ਲਈ ਖੋਲ੍ਹੇ ਗਏ। ਇਸਦਾ ਸਿੱਟਾ ਵੀ ਸਾਹਮਣੇ ਆਇਆ ਪੰਜਾਬ ਤੋਂ, ਜਿਹੜੀ ਜ਼ਹਿਰੀਲੀ ਸ਼ਰਾਬ ਸੀ ਉਸਨੂੰ ਪੀਣ ਦੇ ਨਾਲ 30 ਲੋਕ ਆਪਣੀ ਜਾਨ ਗਵਾ ਚੁੱਕੇ ਨੇ। ਮਾਝੇ ਦੇ ਵਿੱਚ ਇਸ ਵੇਲੇ ਹਾਹਾਕਾਰ ਮਚੀ ਹੋਈ ਹੈ। ਸਰਕਾਰ ਨੇ ਕਹਿ ਦਿੱਤਾ ਹੈ ਕਿ ਨਿਆਇਕ ਜਾਂਚ ਕੀਤੀ ਜਾਏਗੀ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਏਗੀ। ਪਰ ਲੋਕਡਾਊਨ ਅਨਲੋਕ ਜਿਹੜਾ 3 ਹੈ, ਅਨਲੋਕ 3.0 ਦੀ ਸ਼ੁਰੂਆਤ ਹੋਈ ਹੈ, ਉਹਨਾਂ ਨਵੀਆਂ ਹਦਾਇਤਾਂ ਦੇ ਵਿੱਚ ਜਿਹੜਾ ਸਮਾਂ ਦੱਸਿਆ ਗਿਆ ਸ਼ਰਾਬ ਦੇ ਠੇਕੇ ਖੋਲ੍ਹਣ ਦਾ, ਉਹ ਸਵੇਰੇ 8 ਤੋਂ ਰਾਤ 10 ਵਜੇ ਤੱਕ ਦਾ ਦੱਸਿਆ ਜਾ ਰਿਹਾ, ਅਤੇ ਇਸੇ ਤਰ੍ਹਾਂ ਨਾਈਟ ਕਰਫਿਊ ਜਿਹੜਾ ਹੈ ਉਹ ਰਾਤ 11 ਤੋਂ ਸਵੇਰੇ 5 ਵਜੇ ਤੱਕ ਇਸੇ ਤਰ੍ਹਾਂ ਲੱਗਿਆ ਰਹੇਗਾ। ਜਿਹੜੇ ਰੈਸਟੋਰੈਂਟਸ ਨੇ ਉਹ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ, ਪਰ ਉੱਥੇ ਜਿਹੜਾ ਜਿਹੜੀ ਇਕੱਠ ਹੁੰਦਾ, ਯਾਨੀ ਕਿ ਜਿਹੜੇ ਲੋਕ ਉੱਥੇ ਰੈਸਟੋਰੈਂਟਸ ਦੇ ਵਿੱਚ ਈਟਰੀਜ਼ ਦੇ ਵਿੱਚ ਖਾਣ ਦੇ ਲਈ ਆਉਂਦੇ ਨੇ, ਉਹ 50% ਤੋਂ ਵੱਧ ਉੱਥੇ ਕਪੈਸਿਟੀ ਦੇ ਨਾਲ ਲੋਕ ਨਹੀਂ ਬਿਠਾਏ ਜਾ ਸਕਦੇ। ਜੇਕਰ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤਾਂ FIR ਦਰਜ ਹੋਵੇਗੀ। ਅਤੇ ਇਸੇ ਤਰ੍ਹਾਂ ਸ਼ੋਪਿੰਗ ਮਾਲ ਜਿਹੜੇ ਨੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਜਿਹੜੇ ਮਾਲਸ ਦੇ ਵਿੱਚ ਰੈਸਟੋਰੈਂਟਸ ਨੇ, ਜੇਕਰ ਰੈਸਟੋਰੈਂਟ ਹੈ ਕਿਸੇ ਮਾਲ ਦੇ ਵਿੱਚ ਤਾਂ ਉਹ 10 ਵਜੇ ਤੱਕ ਖੁੱਲ੍ਹਿਆ ਰਹੇਗਾ, ਯਾਨੀ ਕਿ ਮਾਲ ਬੰਦ ਹੋ ਜਾਏਗਾ 8 ਵਜੇ, ਪਰ ਰੈਸਟੋਰੈਂਟ 10 ਵਜੇ ਤੱਕ ਖੁੱਲ੍ਹਿਆ ਰਹੇਗਾ ਸ਼ੋਪਿੰਗ ਮਾਲ। ਹਾਲਾਂਕਿ ਇੰਨੀ ਤੜਕ ਸਵੇਰ ਸ਼ੋਪਿੰਗ ਮਾਲ ਨਹੀਂ ਖੁੱਲ੍ਹਦੇ, 7 ਵਜੇ ਦਾ ਸਮਾਂ ਜ਼ਰੂਰ ਦਿੱਤਾ ਗਿਆ ਕਿ, ਪਰ ਮਾਲਸ ਜਿਹੜੇ ਨੇ ਉਹ 10-11 ਵਜੇ ਤੋਂ ਬਾਅਦ ਹੀ ਖੁੱਲ੍ਹਦੇ ਨੇ। ਇਹ ਕੁਝ ਨਵੀਆਂ ਹਦਾਇਤਾਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਅਨਲੋਕ ਪਾਰਟ 3 ਦੇ ਤਹਿਤ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜਿਮਸ ਦੇ ਲਈ। ਜਿਮ ਮਾਲਕ ਜਿਹੜੇ ਇੱਕ ਲੰਮੇ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਸਾਡਾ ਕਾਰੋਬਾਰ ਠੱਪ ਹੋ ਚੁੱਕਾ ਹੈ, ਸਾਡੀ ਇੰਡਸਟਰੀ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਤਾਂ ਜਿਮਸ ਵਾਸਤੇ ਜਾਂ ਯੋਗਾ ਇੰਸਟੀਟਿਊਟ ਵਾਸਤੇ ਇੱਕ ਵੱਡਾ ਫੈਸਲਾ, ਇੱਕ ਚੰਗੀ ਖਬਰ ਕਿ ਹੁਣ ਪੰਜਾਬ ਦੇ ਵਿੱਚ
ਜਿਹੜੇ ਜਿਮਸ ਨੇ ਜਾਂ ਜਿਹੜੇ ਯੋਗਾ ਇੰਸਟੀਟਿਊਟਸ ਨੇ ਉਹ ਖੁੱਲ੍ਹੇ ਰਹਿਣਗੇ। ਨਵੀਆਂ ਹਦਾਇਤਾਂ ਆਈਆਂ ਨੇ, ਨਵਾਂ ਸਮਾਂ ਨਿਸ਼ਚਿਤ ਕੀਤਾ ਗਿਆ, ਪਰ ਪੰਜਾਬ ਦੇ ਹਾਲਾਤ ਸੁਧਰਦੇ ਦਿਖਾਈ ਨਹੀਂ ਦੇ ਰਹੇ। ਅਸੀਂ ਸਰਕਾਰਾਂ ਤੋਂ ਉਮੀਦਾਂ ਛੱਡ ਕੇ ਜੇ ਸਿਰਫ ਇੰਨੀ ਕੁ ਜ਼ਿੰਮੇਵਾਰੀ ਆਪਣੀ ਬਣਾ ਲਈਏ ਕਿ ਅਸੀਂ ਆਪਣਾ ਧਿਆਨ ਰੱਖਣਾ, ਅਸੀਂ ਆਪਣੇ ਬੱਚਿਆਂ ਦਾ, ਆਪਣੇ ਪਰਿਵਾਰ ਦਾ ਧਿਆਨ ਰੱਖਣਾ, ਤਾਂ ਜ਼ਰੂਰ ਅਸੀਂ ਇਸ ਮਹਾਂਮਾਰੀ ਤੋਂ ਬਚ ਸਕਦੇ ਹਾਂ। ਸਾਵਧਾਨੀ ਵਰਤਣੀ ਬਹੁਤ ਲਾਜ਼ਮੀ ਹੈ, ਕਿਉਂਕਿ ਇਸ ਵੇਲੇ ਪੰਜਾਬ ਸਰਕਾਰ ਦੇ ਜਿਹੜੇ ਵਾਅਦੇ ਨੇ ਉਹ ਖੋਖਲੇ ਨਜ਼ਰ ਆ ਰਹੇ ਨੇ। ਸਿਹਤ ਸਹੂਲਤਾਵਾਂ ਨੂੰ ਲੈ ਕੇ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ, ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਮਰੀਜ਼ਾਂ ਦੀ ਗਿਣਤੀ, ਲੁਧਿਆਣਾ ਸ਼ਹਿਰ ਦੇ ਵਿੱਚ ਜਿੰਨੇ ਬੈੱਡਸ ਨੇ ਉਸ ਗਿਣਤੀ ਨਾਲੋਂ ਦੁੱਗਣੀ ਦੇ ਕਰੀਬ ਗਿਣਤੀ ਮਰੀਜ਼ਾਂ ਦੀ ਹੈ ਇਸ ਵੇਲੇ। ਐਕਟਿਵ ਕੇਸਿਸ ਨੇ ਲੁਧਿਆਣਾ ਸ਼ਹਿਰ ਦੇ ਵਿੱਚ, ਇੰਨੇ ਬੈੱਡਸ ਮੌਜੂਦ ਨਹੀਂ ਹਨ, ਨਾ ਸਰਕਾਰੀ ਅਤੇ ਨਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਦਾਖਲ ਕੀਤਾ ਜਾ ਰਿਹਾ। ਅਤੇ ਆਉਣ ਵਾਲਾ ਸਮਾਂ ਕਿੰਨਾ ਕ੍ਰਿਟੀਕਲ ਹੋਏਗਾ ਇਸਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ। ਤਾਂ ਆਪਣਾ ਬਚਾਅ ਆਪ ਕਰੋ, ਇਸ ਮਹਾਂਮਾਰੀ ਤੋਂ ਜਿੰਨਾ ਬਚਾਵ ਕਰ ਸਕਦੇ ਹੋ ਆਪਣਾ, ਆਪਣੇ ਬੱਚਿਆਂ ਦਾ ਜਾਂ ਆਪਣੇ ਪਰਿਵਾਰ ਦਾ ਹੱਦ ਤੋਂ ਵੱਧ ਧਿਆਨ ਰੱਖੋ, ਤਾਂ ਕਿ ਤੁਹਾਡੇ 'ਤੇ ਕੋਈ ਅਜਿਹਾ ਸਮਾਂ ਨਾ ਪਵੇ ਜਿਸ ਤਰ੍ਹਾਂ ਤੁਸੀਂ ਇੱਕ ਵੀਡੀਓ ਦੇਖੀ ਹੈ ਜਿਸ ਵਿੱਚ ਇੱਕ ਬੱਚਾ ਆਪਣੇ ਬਾਪ ਦੀ ਮੌਤ ਨੂੰ ਬਿਆਨ ਕਰ ਰਿਹਾ, ਕਿਸ ਤਰ੍ਹਾਂ ਉਸਦੀ ਮੌਤ ਹੋਈ ਕਰੋਨਾ ਵਾਇਰਸ ਦੇ ਚੱਲਦੇ, ਕਿਸ ਤਰ੍ਹਾਂ ਹਸਪਤਾਲਾਂ ਨੇ ਦਾਖਲ ਨਹੀਂ ਕੀਤਾ ਅਤੇ ਐਂਬੂਲੈਂਸ ਦੇ ਵਿੱਚ ਉਸਦੇ ਪਿਤਾ ਨੇ ਦਮ ਤੋੜ ਦਿੱਤਾ, ਸਾਹ ਲੈਣ ਦੇ ਵਿੱਚ ਦਿੱਕਤ ਹੋਈ, ਅਤੇ ਹਸਪਤਾਲ ਸਾਫ਼ ਤੌਰ 'ਤੇ ਮਨ੍ਹਾ ਕਰ ਦਿੰਦੇ ਨੇ ਕਿ ਅਸੀਂ ਦਾਖਲ ਨਹੀਂ ਕਰ ਸਕਦੇ, ਅਸੀਂ ਨਹੀਂ ਚਾਹੁੰਦੇ ਅਜਿਹਾ ਕਿਸੇ 'ਤੇ ਵੀ ਅਜਿਹਾ ਸਮਾਂ ਆਵੇ। ਤਾਂ ਆਪਣਾ ਬਚਾਅ ਆਪ ਕਰੋ। ਵਧੇਰੇ ਅਪਡੇਟਸ ਲੈ ਕੇ ਅਸੀਂ ਜਲਦੀ ਹਾਜ਼ਰ ਹੋਵਾਂਗੇ। ਮੈਨੂੰ ਦਿਓ ਇਜਾਜ਼ਤ, ਧੰਨਵਾਦ।